ਕਿਸਤਾ ਦੋਸ਼ ਸੀ ਕਿਸਤਾ ਨਹੀਂ ਸੀ ਇਹ ਗੱਲਾਂ ਹੁਣ ਕਰਨ ਦੀਆਂ ਨਹੀਂ ਵੇਲੇ ਲੰਘ ਗਏ ਤੌਬਾ ਵਾਲੇ ਰਾਤਾਂ ਹੋਕੇ ਭਰਨ ਦੀਆਂ ਨਹੀਂ ਜੋ ਹੋਇਆ ਇਹ ਹੋਣਾ ਹੀ ਸੀ ਹੋਣੀ ਹੋਇਓ ਰੁਕਦੀ ਨਹੀਂ ਇੱਕ ਵਾਰੀ ਜਦੋਂ ਸ਼ੁਰੂ ਹੋ ਜਾਵੇ ਗੱਲ ਫਿਰ ਐਵੇਂ ਮੁੱਕਦੀ ਨਹੀਂ ਕੁਝ ਉਂਝ ਵੀ ਰਾਵਾਂ ਔਖੀਆਂ ਸਨ ਕੁਝ ਗੱਲ ਵਿੱਚ ਗਮ ਦਾ ਤੌਕ ਵੀ ਸੀ ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ ਕੁਝ ਮੈਨੂੰ ਮਰਨ ਦਾ ਸ਼ੌਕ ਵੀ ਸੀ ਪੰਜਾਬੀ ਉਰਦੂ ਦੇ ਮੰਨੇ ਪਰ ਮੰਨੇ ਸ਼ਾਇਰ ਮੁਨੀਰ ਨਿਆਜ਼ੀ 9 ਅਪ੍ਰੈਲ 1906 ਪਠਾਨਕੋਟ ਜ਼ਿਲ੍ਹਾ ਹੁਸ਼ਿਆਰਪੁਰ ਇੰਡੀਆ ਵਿੱਚ ਪੈਦਾ ਹੋਏ ਮੁਨੀਰ ਨਿਆਜ਼ੀ ਹੋਰਾਂ ਦੇ ਪੰਜਾਬੀ ਜ਼ੁਬਾਨ ਵਿੱਚ ਜਿਹੜੇ ਸ਼ੇਰੀ ਪਰਾਗੇ ਛਪ ਚੁੱਕੇ ਨੇ ਉਹਨਾਂ ਵਿੱਚੋਂ ਸਫ਼ਰ ਦੀ ਰਾਤ ਚਾਰ ਚੁੱਪ ਚੀਜ਼ਾਂ ਰਾਸਤਾ ਦੱਸਣ ਵਾਲੇ ਤਾਰੇ ਇਹ ਲੁਕਾਈ ਦੇ ਵਿੱਚ ਆਪਣਾ ਆਪ ਮਨਵਾ ਚੁੱਕੇ ਨੇ ਔਰ ਇਹਨਾਂ ਦੀ ਸ਼ਾਇਰੀ ਇਹਨਾਂ ਵਿੱਚ ਖਾਸ ਤੌਰ 'ਤੇ ਨਜ਼ਮਾਂ ਉਹ ਜਿਹੜੀਆਂ ਨੇ ਲੋਕਾਂ ਨੂੰ ਅਜ਼ਬਰ ਨੇ ਜ਼ੁਬਾਨੀ ਯਾਦ ਨੇ ਔਰ ਲੋਕ ਉਹਨਾਂ ਦੇ ਸਬਾ ਅਸਲੂਬ ਫਿਕਰ ਅਤੇ ਉਹਨਾਂ ਦੀ ਸੋਚ ਤੋਂ ਅਗਲੀ ਦਿਸ਼ਾ ਮਿੱਥਦੇ ਨੇ ਅੱਜ ਦੇ ਹਵਾਲੇ ਨਾਲ ਜੋ ਮੌਜੂ ਸਾਡਾ ਹੈ ਉਹ ਮੁਨੀਰ ਨਿਆਜ਼ੀ ਸਾਹਿਬ ਨੇ ਮੁਨੀਰ ਨਿਆਜ਼ੀ ਹੋਰਾਂ ਨਾਲ ਮੇਰਾ ਇੱਕ ਬਰਾਦਰੀ ਦਾ ਵੀ ਰਿਸ਼ਤਾ ਸੀ ਇੱਕ ਉਹਨਾਂ ਨਾਲ ਮੇਰਾ ਤਾਲੁਕ ਚਿਰਾਂ ਤੋਂ ਸੀ ਔਰ ਮੁਨੀਰ ਨਿਆਜ਼ੀ ਹੋਣੀ ਇੱਕ ਅਣਖੀ ਇੱਕ ਮੁਹੱਬਤ ਕਰਨ ਵਾਲੇ ਅਤੇ ਅਜੋਕੇ ਜਦੀਦ ਦੌਰ ਦੇ ਜਦੀਦ ਸ਼ਾਇਰਾਂ ਵਿੱਚੋਂ ਇੱਕ ਸ਼ਾਇਰ ਸਨ ਉਰਦੂ ਤੋਂ ਅੱਡ ਪੰਜਾਬੀ ਵਿੱਚ ਉਹਨਾਂ ਨੇ ਚਾਰ ਚੁੱਪ ਚੀਜ਼ਾਂ ਉਹਨਾਂ ਨੇ ਇੱਕ ਐਸਾ ਅਦਬ ਨੂੰ ਦਾਨ ਕੀਤਾ ਕਿ ਜਿਹਦੇ ਉੱਤੇ ਅੱਜ ਪੰਜਾਬੀ ਜ਼ੁਬਾਨ 'ਤੇ ਅਦਬ ਮਾਣ ਕਰਦਾ ਹੈ ਮੁਨੀਰ ਨਿਆਜ਼ੀ ਹੋਣੀ ਮੈਂ ਸਮਝਦਾ ਕਿ ਨਾ ਕਿ ਅਜੋਕੇ ਦੌਰ ਦਾ ਸ਼ਾਇਰ ਹੈ ਬਲਕਿ ਆਉਣ ਵਾਲੇ ਵੇਲੇ ਦਾ ਵੀ ਸ਼ਾਇਰ ਹੈ ਉਹਨਾਂ ਦੀ ਸ਼ਾਇਰੀ ਵਿੱਚ ਜਿਹੜੇ ਇਸ਼ਾਰੇ ਕਨਾਏ ਇਸਤਾਰੇ ਤਸ਼ਬੀਹਾਂ ਜਿਹੜੀਆਂ ਵਰਤੀਆਂ ਗਈਆਂ ਨੇ ਉਹ ਉਹਨਾਂ ਨੇ ਉਹਨਾਂ ਦੀਆਂ ਇੱਕ ਨਹੀਂ ਕਈ ਪਰਤਾਂ ਹੁੰਦੀਆਂ ਨੇ ਔਰ ਇਹੀ ਕਾਰਨ ਇਸੇ ਕਾਰਨ ਮੁਨੀਰ ਨਿਆਜ਼ੀ ਹੋਣਾ ਦੀ ਜਿਹੜੀ ਸ਼ਾਇਰੀ ਹੈ ਉਹ ਅੱਜ ਵੀ ਜ਼ਿੰਦਾ ਤਾਜ਼ਾ ਅਤੇ ਮਹਿਕਦੀ ਟਹਿਕਦੀ ਵਿਖਾਲੀ ਦਿੰਦੀ ਹੈ ਮੁਨੀਰ ਨਿਆਜ਼ੀ ਹੋਰੀ ਜਿਨ੍ਹਾਂ ਉੱਤੇ ਕਈ ਥੀਸਿਸ ਵੀ ਹੋ ਚੁੱਕੇ ਨੇ ਸਾਡੇ ਪੰਜਾਬੀ ਅਦਬ ਦਾ ਮਾਣ ਸਾਡੇ ਪੰਜਾਬ ਦਾ ਮਾਣ ਔਰ ਉਹਨਾਂ ਨੇ ਇੱਕ ਪੰਜਾਬੀ ਵਿੱਚ ਗਜ਼ਲ ਅਤੇ ਖਾਸ ਤੌਰ 'ਤੇ ਨਜ਼ਮ ਨੂੰ ਇੱਕ ਨਵਾਂ ਰੰਗ ਦਿੱਤਾ ਦੂਸਰੇ ਸ਼ਾਇਰਾਂ ਦੇ ਵਿੱਚ ਸਿਰ ਕੱਢਵੇਂ ਸ਼ਾਇਰ ਸਨ ਅਤੇ ਮੈਂ ਇਸੇ ਹਵਾਲੇ ਨਾਲ ਉਹਨਾਂ ਦੀ ਇੱਕ ਨਜ਼ਮ ਸਿੱਧੀ ਜਿਹੀ ਗੱਲ ਤੁਹਾਡੇ ਸਮਾਤਾਂ ਦੀ ਨਜ਼ਰ ਕਰਾਂਗਾ ਮਰਨਾ ਹੀ ਜੇ ਤਕਦੀਰ ਏ ਆਪਣੀ ਕਿਉਂ ਫਿਰ ਇਸ ਤੋਂ ਨਸੀਏ ਦੁਨੀਆ ਦੇ ਜਾਲ 'ਚ ਫਸੀਏ ਦਿਲ ਦੀਆਂ ਗੱਲਾਂ ਦੱਸੀਏ ਕਿਉਂ ਨਾ ਘਰ ਵਿੱਚ ਇਕੱਲਿਆਂ ਬਹਿ ਕੇ ਪਾਗਲਾਂ ਵਾਂਗੂੰ ਹੱਸੀਏ ਮਰਨਾ ਹੀ ਜੇ ਤਕਦੀਰ ਏ ਆਪਣੀ ਕਿਉਂ ਫਿਰ ਇਸ ਤੋਂ ਨਸੀਏ ਦੁਨੀਆ ਦੇ ਜਾਲ 'ਚ ਫਸੀਏ ਝੂਠੇ ਸੱਚੇ ਯਾਰ ਬਣਾ ਕੇ ਦਿਲ ਦੀਆਂ ਗੱਲਾਂ ਦੱਸੀਏ ਕਿਉਂ ਨਾ ਘਰ 'ਚ ਇਕੱਲਿਆਂ ਬਹਿ ਕੇ ਪਾਗਲਾਂ ਵਾਂਗੂੰ ਹੱਸੀਏ ਮੁਨੀਰ ਨਿਆਜ਼ੀ ਸਾਹਿਬ ਦੇ ਹਵਾਲੇ ਨਾਲ ਜਿਹੜੀ ਅੱਜ ਗੱਲ ਹੋਏਗੀ ਅਤੇ ਮੁਨੀਰ ਨਿਆਜ਼ੀ ਸਾਹਿਬ ਇੱਕ ਵੱਡੇ ਸ਼ਾਇਰ ਨੇ ਅਗਰ ਅਸੀਂ ਬੁੱਲੇ ਸ਼ਾਹ ਬਾਬਾ ਵਾਰਸ ਤੋਂ ਬਾਅਦ ਵੇਖਦੇ ਹਾਂ ਤਾਂ ਮੁਨੀਰ ਨਿਆਜ਼ੀ ਨੇ ਵੀ ਸਮਾਜ ਦੇ ਅੰਦਰ ਉਹ ਸਵਾਲ ਉਠਾਏ ਨੇ ਉਹ ਸਵਾਲ ਦੱਸੇ ਨੇ ਜਿਹਦੇ ਨਾਲ ਸਮਾਜ ਬਿਹਤਰੀ ਦੀ ਤਰਫ ਜਾ ਸਕਦਾ ਹੈ ਨਜ਼ਮ ਦਾ ਸਿਰਨਾਮਾ ਹੈ ਇੱਕ ਕੁੜੀ ਪਿਆਰ ਕਰਨ ਤੋਂ ਕਾਫੀ ਪਹਿਲੇ ਕਿੰਨੀ ਸੋਹਣੀ ਲੱਗਦੀ ਸੀ ਪਿਆਰ ਕਰਨ ਤੋਂ ਕਾਫੀ ਪਹਿਲੇ ਕਿੰਨੀ ਸੋਹਣੀ ਲੱਗਦੀ ਸੀ ਆਪਣੇ ਮਰਨ ਤੋਂ ਕਾਫੀ ਪਹਿਲੇ ਕਿੰਨੀ ਸੋਹਣੀ ਲੱਗਦੀ ਸੀ ਮੁਨੀਰ ਨਿਆਜ਼ੀ ਹੋਰੀ 26 ਦਸੰਬਰ 2006 ਲਾਹੌਰ ਵਿੱਚ ਅਲਾਲਤ ਪਾਰੋਂ ਦੁਨੀਆ ਤੋਂ ਚਲਾਣਾ ਕਰ ਗਏ